ਲਾਭੀ ਮਿੱਤਰਾ ਖੇਤ ਦਾ ਕੰਮ ਦਾ ਸਾਰਾ ਨਿਬੜ ਗਿਆ। ਕੱਪੜ ਕੋਬਰ ਸਾਰੇ ਪੱਟ ਦੇ, ਖਾਲ ਵੀ ਕੱਢਤਾ। ਹੁਣ ਜਾ ਕੇ ਆਵਾਂ ਮੈਂ ਹੜਤੀਏ ਲਵੇ। ਮੈਂ ਕਹਿਣਾ ਪਹਿਲਾਂ ਚਾਹ ਹੀ ਪੀ ਲੈਂਦੇ ਆ ਘਰੇ, ਬਾਅਦ ਚੋਂ ਹੜਤੀਏ ਲਵੇ ਜਾ ਕੇ ਆਉਂਦੇ ਹਾਂ। ਐ ਭਾਈ ਕੁੜੀਏ, ਉਹ ਕੁੜੀਏ, ਉਹ ਭਾਈ ਚਾਹ ਦਾ ਕੱਪ ਬਣਾ ਦੇ, ਮੈਂ ਫਿਰ ਹੜਤੀਏ ਲਵੇ ਜਾ ਕੇ ਆਉਣਾ। ਛੇਤੀ ਕਰ ਮੜਾ ਜਾ। ਬਾਪੂ ਤੂੰ ਐਂ ਕਰ, 2-3 ਘੰਟੇ ਬਹਿ ਜਾ, ਹਜੇ ਮੈਂ ਕੰਮ ਨਿਬੇੜ ਲਾ, ਫੇਰ ਤੈਨੂੰ ਚਾਹ ਪਾਣੀ ਪੁੱਛੂਗੀ। ਉਹ ਭਾਈ ਚਾਹ ਤਾਂ ਮੈਂ ਹੁਣ ਪੀਣੀ ਆ, ਫੇਰ ਮੈਂ ਜਾ ਕੇ ਆਉਣਾ ਹੜਤੀਏ ਲਵੇ, ਨਹੀਂ ਤਾਂ ਮੈਂ ਰੁਕ ਵੀ ਜਾਂਦਾ, ਤੈਨੂੰ ਪਤਾ ਅੱਜ ਮੈਨੂੰ ਜ਼ਰੂਰੀ ਕੰਮ। ਹੜਤੀਏ ਲਵੇ, ਘੁੱਟ ਚਾਹ ਦੀ ਬਣਾ ਦੇ। ਨਾ ਆਏ ਕਿਵੇਂ ਚਾਹ ਦੀ ਬਣਾ ਦਾ, ਮੈਨੂੰ ਹੋਰ ਕੰਮ ਬਥੇਰੇ ਨੇ, ਮੈਂ ਹੁਣ ਚਾਹ ਬਣਾਉਣ ਖਾਤਰ ਬੈਠਾ ਤੇਰੇ ਵਾਸਤੇ। ਜਾ ਭਾਈ ਚਾਹ ਤਾਂ ਹੁਣ ਪੀਣੀ ਆ। ਬਾਪੂ ਫੇਰ ਤੂੰ ਹਜੇ ਇੰਤਜ਼ਾਰ ਕਰ ਲੈ, ਹਜੇ ਮੈਂ ਮਸਾਂ ਦਾ ਕੰਮ ਕਰਨ ਲੱਗੀ ਆ, ਹੁਣ ਤੈਨੂੰ ਚਾਹ ਪਾਣੀ ਬਣਾ ਕੇ ਦੇ ਦਾਂ। ਉਹ ਭਾਈ ਚਾਹ ਨੂੰ ਕੀ ਹੁੰਦਾ, ਮਿੰਟ 10 ਲੱਗਦੇ ਆ, ਤੂੰ ਅੱਜ ਕੀ ਹੋ ਗਿਆ ਤੈਨੂੰ? ਬਾਪੂ ਤੂੰ ਐਂ ਕਰ, ਮੈਂ ਹਜੇ ਕੰਮ ਨਿਬੇੜ ਲਾ, ਤੂੰ ਬਹਿ ਜਾ ਇੰਨੇ, ਫੇਰ ਚੱਲ ਜੀ ਆੜਤੀਏ ਕੋਲ। ਆਇਓ ਰੱਬਾ, ਲੈ ਬੁੜੇ ਨੂੰ ਕੋਈ ਕੰਮ ਹੀ ਨਹੀਂ ਹੈਗਾ, ਚਾਹ ਪਾਣੀ ਦੇ ਦੋ ਇਹਨੂੰ, ਕਦੇ ਆ ਦੇ ਦੋ, ਕਦੇ ਉਹ ਦੇ ਦੋ, ਲੈ ਆ ਕੰਮ ਕਿੰਨੇ ਕਰਨੇ ਨੇ। ਮੈਂ ਇਹਨੂੰ ਹਜੇ ਇੰਨਾ ਹੀ ਕਿਹਾ ਆ, 2-3 ਘੰਟੇ ਬਹਿ ਜਾ ਆਇਆ, ਫੇਰ ਦੇ ਦੂੰਗੀ ਚਾਹ ਪਾਣੀ। ਪਤਾ ਨਹੀਂ ਹੋਰ ਕੰਮ ਹੀ ਨਹੀਂ ਹੈਗਾ, ਕਦੇ ਚਾਹ ਫੜਾਵੇ, ਕਦੇ ਰੋਟੀ ਫੜਾ ਦੋ। ਉਹ ਬੁੜੇ ਬੰਦੇ ਦੀ ਕਾਹਦੀ ਜ਼ਿੰਦਗੀ ਆ, ਇੱਥੇ ਪਾਣੀ ਦਾ ਗਲਾਸ ਨਹੀਂ ਦਿੰਦਾ ਕੋਈ ਰੱਬਾ। ਦੇਖ ਲਾ ਜਦ ਪੈਨਸ਼ਨ ਆਉਂਦੀ ਆ, ਉਦੋਂ ਸਾਲੇ ਸਾਰੇ ਬਾਪੂ ਬਾਪੂ ਕਰਦੇ ਨੇ, ਬਾਪੂ ਚਾਹ ਪੀਣੀ ਆ, ਬਾਪੂ ਪਾਣੀ ਪੀਣਾ, ਬਾਪੂ ਰੋਟੀ ਖਾਣਾ। ਜਦ ਪੈਨਸ਼ਨ ਮੁੱਕ ਗਈ, ਫਿਰ ਪਾਣੀ ਦਾ ਗਲਾਸ ਵੀ ਮੁੱਕ ਗਿਆ, ਕੋਈ ਪਾਣੀ ਵੀ ਨਹੀਂ ਦਿੰਦਾ, ਕੋਈ ਨਹੀਂ। ਆਉਣ ਦੇ ਪੈਨਸ਼ਨ, ਐਤਕੀ ਮੈਂ ਗੇਮ ਘੁਮਾਊ ਇਹਨਾਂ ਦੇ। ਤੁਸੀਂ ਮੈਨੂੰ ਜੀਣ ਨੀ ਦੇਣਾ। ਹਾਂ ਭਾਈ ਪਹਿਲਾਂ ਤਾਂ ਮੈਨੂੰ ਐ ਦੱਸ ਤੂੰ ਇੱਥੇ ਕੀ ਕਰਨਾ ਆ? ਆਪਣੀ ਭੈਣ ਨੂੰ ਮਿਲਣਾ, ਮੇਰੀ ਭੈਣ ਦਾ ਘਰ ਆ। ਤੂੰ ਚੌਥੇ ਕਿ ਦਿਨ ਮਿਲਦਾ ਆ ਜਾਂਦਾ, ਭੈਣ ਦਾ ਘਰ ਆ, ਭੈਣ ਦਾ ਘਰ ਆ, ਫਿਰ ਇੱਥੇ ਰਹਿ ਪਾ, ਪਹਿਲਾਂ ਜਾ ਹੀ ਨਾ ਉਹਦੇ। ਚੁੱਪ ਕਰ ਜਾ 2 ਮਿੰਟ। ਜਿਹੜੇ ਭਾਈ ਹੁੰਦੇ ਨੇ ਆਪਦੀ ਭੈਣ ਦੇ ਘਰੇ ਪਾਣੀ ਦਾ ਗਲਾਸ ਵੀ ਨੀ ਪੀਂਦੇ, ਤੇ ਤੂੰ ਮੇਰੇ ਸਾਲੇ ਦੁੱਧ ਚ ਪੱਤੀਆਂ ਪੀਨਾ? ਫਿਰ ਘਰ ਤਾਂ ਮੇਰਾ ਹੀ ਆ। ਤੇ ਭਾਈ ਆਪਦੇ ਗੱਲ ਸੁਣ ਲਾ ਮੇਰੀ ਧਿਆਨ ਨਾਲ, ਜਿਹੜੇ ਭਾਈ ਹੁੰਦੇ ਨੇ ਆਪਦੀ ਭੈਣ ਦੇ ਘਰੇ ਉਹ ਪਾਣੀ ਦਾ ਗਲਾਸ ਨਹੀਂ ਪੀਂਦੇ, ਤੇ ਤੂੰ ਮੇਰੇ ਸਾਲਾ ਦੁੱਧ ਚ ਪੱਤੀਆਂ ਪੀਨਾ? 1 ਦਿਨ ਹੋਇਆ, 2 ਦਿਨ ਹੋਇਆ, 3 ਦਿਨ ਹੋਇਆ, ਤੂੰ ਰੋਜ਼ ਹੀ ਬੂਥਾ ਚੱਕ ਕੇ ਆ ਜਾਂਦਾ ਇੱਥੇ, ਤੈਨੂੰ ਇੱਥੇ ਉੱਪਰ ਉਹ ਕਰ ਦਿੰਦੇ, ਦੂਜੀ ਮੰਜ਼ਿਲ ਪਾ ਦਿੰਦੇ, ਤੂੰ ਰਹੀ ਪੈ ਇੱਥੇ, ਤੂੰ ਰੱਖਣ ਵਾਲਾ ਬਣ ਬਾਪੂ, ਮੈਂ ਰਹਿ ਤੂੰ। ਆਹੋ ਤੂੰ ਤਾਂ ਤਿਆਰ ਹੀ ਆ, ਤੈਨੂੰ ਤਾਂ ਕਹਿਣ ਦੀ ਦੇਰ ਸੀ। ਮੇਰੀ ਗੱਲ ਸੁਣ ਲਾ ਪੁੱਤਰਾ, ਜੇ ਹੁਣ ਅੱਜ ਤੋਂ ਬਾਅਦ ਮੇਰੇ ਘਰੇ ਆ ਗਿਆ ਤੇਰੀ ਖੈਰ ਨੀ, 15-20 ਦਿਨਾਂ ਬਾਅਦ ਆਉਣਾ ਤੈਂ, ਉਧਰ ਤੇਰੀ ਭੈਣ ਨੀ ਜੀਣ ਦਿੰਦੀ, ਉਧਰ ਤੂੰ ਨੀ ਜੀਣ ਦਿੰਦਾ ਮੈਨੂੰ। ਕੰਮ ਧੰਦੇ ਤੈ ਚਾਹ ਦੀ ਗਲਾਸੀ ਨੀ ਪਿਆ ਮੈਨੂੰ ਅੱਜ ਤੱਕ, ਕੰਮ ਨਬੇੜੇ ਚਾਹ ਪੁੱਛਾਂ? ਮੈਂ ਜਾਣਦਾ ਤੈਨੂੰ, ਕੋਈ ਨੀ ਕਰ ਲਾ, ਜੋ ਕਰਨਾ ਜੋ ਕੁਛ ਕਰਨਾ ਕਰੋ, ਤੁਹਾਨੂੰ ਮੈਂ ਲਊ ਸਾਰਿਆਂ ਨੂੰ ਗੇਟ ਚ, ਸਾਲੇ ਉਹ ਘਰ ਮੇਰੇ ਨਾਮ ਆ, ਹੈ ਜ਼ਮੀਨ ਮੇਰੇ ਨਾਮ ਆ,
ਸਾਰਾ ਕੁਝ ਸੰਦ ਸੰਦੇੜਾ ਮੇਰੇ ਨਾਮ ਆ, ਟਰੈਕਟਰ ਮੇਰੇ ਨਾਮ ਆ, ਤੁਸੀਂ ਸਾਲਿਓ ਮੇਰੇ ਤੇ ਚੌਧਰ ਕਰਦੇ ਹੋ? ਕਰਦਾ ਤੁਹਾਡਾ ਹੱਲ ਮੈਂ ਲੈਣਾ ਗੇਟ ਚ, ਮੈਨੂੰ ਵੀ ਜੈਲ ਸਿੰਘ ਕਹਿੰਦੇ ਆ। ਚੱਲ ਓਏ, ਚਾਹ ਦੀ ਗਲਾਸੀ ਤਾਂ ਮਿਲੀ ਨੀ, ਹੁਣ ਐ ਕਰਦਾ ਆੜਤੀ ਲਵੀ ਜਾ ਆਉਣਾ, ਨਾਲੇ ਚਾਰ ਪੈਸੇ ਲੈ ਆਉਣੇ ਆ ਤੇ ਨਾਲੇ ਆੜਤੀਏ ਤੋਂ ਚਾਹ ਪੀ ਲਾਂਗੇ। ਆੜਤੀਆ ਦਾ ਚਾਹ ਬਜ਼ਾਰਾ ਪਹਿਲਾਂ ਧਰਦਾ, ਇਹ ਤਾਂ ਮੇਰੇ ਸਾਲੇ ਦੀ ਚਾਹ ਮੈਨੂੰ ਇੱਥੇ ਹੀ ਨੀ ਮਿਲਦੀ। ਕੰਮ ਹੀ ਬੜਾ ਲੈਂਦੇ ਨੇ ਬਾਬੂ, ਕਿਉਂ ਕੀ ਕਰੀ ਜਾਨੀ ਆ? ਕੰਮ ਕਰੀ ਜਾਨੀ ਆ, ਹੋਰ ਦੱਸ ਕੀ ਕਰਨਾ ਵੇ? ਤਪੀ ਜੀ ਵਾਲੀ ਬੈਠੀ ਐ ਨਾ ਤਪਾ ਨਾ, ਹੋਰ ਦੱਸ ਕੀ ਕਰਾਂ? ਕੀ ਚੱਕਰ ਪੈ ਗਿਆ ਦੱਸ ਤਾ ਸੀ। ਮੇਰੀ ਗੱਲ ਸੁਣ, ਆਪਣੇ ਬੁੜੇ ਨੂੰ ਸਮਝਾ ਕੇ ਰੱਖਿਆ ਕਰ, ਸਾਰਾ ਦਿਨ ਰੋਮ ਮਾਰੀ ਜਾਊਗਾ ਮੇਰੇ ਤੇ। ਤੂੰ ਉਹਦੇ ਨਾਲ ਠੰਡੇ ਸੁਭਾਅ ਨਾਲ ਚੱਲਿਆ ਕਰ, ਉਹ ਤੈਨੂੰ ਪਤਾ ਤਾਂ ਹੈਗਾ ਇਹੋ ਜਿਹੀ ਆ ਯਾਰ। ਕੀ ਇਹੋ ਜਿਹਾ ਜਿਹਨੂੰ ਚਾਹ ਨੀ ਪੁੱਛੀ ਮੇਰੇ ਮਗਰ ਪੈ ਗਿਆ ਉਹ? ਉਸ ਲੈ ਕਰ ਚਾਹ ਚੂ ਤਾਂ ਕੀ ਹੁੰਦਾ ਯਾਰ, ਤੈਨੂੰ ਪਤਾ ਸਾਰੀ ਜ਼ਮੀਨ ਉਹਦੇ ਨਾਂ ਹੈ, ਘਰ ਉਹਦੇ ਨਾਂ, ਆਪਾਂ ਕਾਹਦੇ ਚ ਉੱਗਰੇ ਉਹ ਤੋਂ ਬਿਨਾ। ਉਹ ਤਾਂ ਮੈਂ ਮੰਨਦੀ ਆ ਤੇਰੀ ਗੱਲ ਜਮਾ ਸਹੀ ਆ, ਪਰ ਮੈਂ ਕੀ ਕਰਾਂ ਹੁਣ ਕੰਮ ਧੰਦੇ ਤਾਂ ਮੈਂ ਵੀ ਦੇਖਣ ਹੁੰਦੇ, ਕਹਿੰਦੇ ਚਾਹ ਬਣਾ ਕੇ ਦੇ ਤੇ ਕਦੇ ਰੋਟੀ ਬਣਾ ਕੇ ਦੇ ਤੇ ਕਦੇ ਜੂਸ ਦੇ ਦੇ ਉਹਨੂੰ, ਆਹੀ ਕੰਮ ਧੰਦਾ ਰਹਿ ਗਿਆ ਮੈਨੂੰ। ਦੇ ਦਿਆ ਕਰ ਉਹਨੂੰ ਕੋਈ ਨਾ, ਦਿਨ ਚਾਰ ਰਹਿ ਗਏ ਉਹਦੇ ਪੈਨਸ਼ਨ ਆਉਣ ਦੇ, ਤੈਨੂੰ ਪਤਾ ਫਿਰ ਸਾਰੀ ਆਪਣਾ ਉਹਦੋਂ ਬਿਨਾ ਲੋਟ ਨੀ ਆਉਂਦਾ, ਕੰਮ ਇੰਨੀਆਂ ਕਿਸ਼ਤਾਂ ਭਰਨ ਵਾਲੀਆਂ ਪਈਆਂ ਨੇ। ਹਾਂ ਦਿਨ ਤਾਂ ਚਾਰ ਰਹਿ ਗਏ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ ਹੈਗਾ। ਹੋਰ ਕੀ, ਕਦੇ ਹੋਰ ਪੁੱਠੀ ਗੇਮ ਆਪਣੇ ਤੇ ਲਾ ਦੇ ਉਹ। ਪੁੱਠੀ ਗੇਮ ਕਿਉਂ ਲਾਊਗਾ ਉਹ? ਬੜਿਆ ਬਣੂ ਕੇ ਰੱਖਿਆ ਕਰ, ਇਹ ਤੈਨੂੰ ਪਤਾ ਕਾਮਲਾ ਬੰਦਾ ਉਹ। ਮੈਂ ਬੜਿਆ ਕੇ ਤਾਂ ਰੱਖ ਲਾਂ, ਪਰ ਮੈਂ ਕੀ ਕਰਾਂ, ਉਹਦੇ ਕੰਮ ਹੀ ਨਹੀਂ ਲੋਟ ਆਉਂਦੇ ਹੈਗੇ, ਕਦੇ ਆ ਦੇ ਦੋ ਕਦੇ ਜਵਾਕਾਂ ਵਾਂਗੂ ਰੱਖਣਾ ਪੈਂਦਾ ਉਹਨੂੰ। ਦੇ ਦਿਆ ਕਰ, ਚਾਹ ਦੇਤੀ ਰੋਟੀ ਦੇਤੀ ਫੇਰ ਚਾਹ ਦੇ ਦੋ, ਤੇ ਦੱਸ। ਤੈਨੂੰ ਪਤਾ ਪੁਰਾਣੇ ਬੁੜਿਆਂ ਨੂੰ ਆਦਤ ਹੁੰਦੀ ਆ ਚਾਹ ਚੂ ਵਾਲੀ ਪੀਣ ਦੀ, ਦੇ ਦਿਆ ਕਰ, ਘੁੱਟ ਕੀ ਫਰਕ ਪੈਂਦਾ ਯਾਰ। ਉਹ ਤਾਂ ਮੈਂ ਦੇ ਦਵਾਂ, ਪਰ ਮੈਂ ਕੀ ਕਰਾਂ, ਮੈਨੂੰ ਹੋਰ ਵੀ ਤਾਂ ਕੰਮ ਨੇ, ਤੂੰ ਸਮਝਦਾ ਨਹੀਂ ਮੇਰੀ ਗੱਲ ਜਮਾ ਵੀ। ਤੇ ਹੁਣ ਕਿੱਧਰ ਭੱਗ ਗਿਆ ਉਹ ਤਾਂ ਪਤਾ ਨਹੀਂ, ਹੁਣ ਮੈਨੂੰ ਕੀ ਦੱਸ ਕੇ ਜਾਂਦਾ ਆ, ਹੁਣ ਦੱਸ ਕਿੱਧਰ ਭੱਗ ਗਿਆ ਹੁਣ, ਫੋਨ ਕਰਕੇ ਪੁੱਛ ਲਾ ਉਹਨੂੰ। ਰੁੱਸ ਕੇ ਤਾਂ ਨਹੀਂ ਭੱਗ ਗਿਆ ਕਦੇ? ਰੁੱਸਣ ਨੂੰ ਦੱਸ ਕੀ ਹੋ ਗਿਆ, ਐਡੀ ਕੀ ਗੱਲ ਹੋ ਗਈ? ਹੁਣ ਮੇਰਾ ਭਰਾ ਆਇਆ ਸੀ ਹੈ, ਉਹਨੂੰ ਕਹਿਣ ਲੱਗ ਗਿਆ ਵੀ ਤੂੰ ਚੌਥੇ ਦਿਨ ਵੜ ਜਾਂਦਾ ਆ, ਐਡੀ ਕੀ ਗੱਲ ਹੋ ਗਈ, ਫੇਰ ਕੀ ਹੋ ਗਿਆ ਹੈ? ਉਹਦੇ ਮਗਰ ਪੈ ਗਿਆ, ਫਿਰ ਮੈਂ ਵੀ ਨਹੀਂ ਚਾਹ ਪੁੱਛੀ ਹੈਗੀ ਉਹਨੂੰ। ਚੱਲ ਕੋਈ ਨਹੀਂ, ਮੈਂ ਕਰਦਾ ਗੱਲ ਉਹਦੇ ਨਾਲ। ਨਾਲੇ ਮੇਰੀ ਗੱਲ ਸੁਣ, ਪੈਨਸ਼ਨ ਦੇ ਰਹਿ ਗਏ 4 ਦਿਨ ਹੈ, ਉਹੀ ਤਾਂ ਤੈਨੂੰ ਕਹਿਣਾ ਵਾ, ਤੇ ਉਹ ਐ ਨਾ ਹੋਵੇ ਕਿਤੇ ਉਹ ਰਾਣੀ ਦੇ ਹੱਥ ਦੇ ਦੇਵੇ। ਐ ਨਹੀਂ ਆਪਾਂ ਜਾਣ ਦਿੰਦੇ, ਤਾਂ ਹੀ ਕਹਿਣਾ ਚਾਹ ਚੂ ਪੁੱਛ ਲਿਆ ਕਰ ਉਹਨੂੰ ਘਟਾ। ਉਹ ਤਾਂ ਮੈਂ ਪੁੱਛ ਲੂੰਗੀ, ਪੂਰੀ ਸੇਵਾ ਕਰੂੰਗੀ, ਹੁਣ ਤੂੰ ਐ ਦੱਸ ਹੁਣ ਕਿਵੇਂ ਮਨਾਵਾਂ? ਤੂੰ ਹੀ ਬਣਾ ਲਈ। ਚੱਲ ਮੈਂ ਕਰਦਾ ਗੱਲ ਉਹਦੇ ਨਾਲ, ਜਿਵੇਂ ਕਹੇਗਾ ਉਵੇਂ ਮੈਂ ਕਰ ਲੂੰਗੀ। ਚੱਲ ਮੈਂ ਦੇਖਦਾ ਉਹਨੂੰ ਕਿੱਧਰ ਆਗਾ। ਗੱਲ ਤਾਂ ਇਹਦੀ ਵੀ ਲੋਟ ਹੈ, ਗਿਣਤੀ ਨੂੰ 4 ਦਿਨ ਰਹਿ ਗਏ ਪੈਨਸ਼ਨ ਆਉਣ ਨੂੰ, ਇੰਝ ਕਰਦੀਆਂ ਦੀ ਸੇਵਾ ਕਰਦੀਆਂ, ਮੇਰਾ ਕੀ ਜਾਂਦਾ? ਆਊਗਾ ਦੁੱਧ 'ਚ ਪੱਤੀ ਪਾ ਕੇ ਦਊਂਗੀ, ਹੋਰ ਕੱਲ ਨੂੰ ਐਂ ਨਾ ਹੋਵੇ ਕਿਤੇ ਪੈਨਸ਼ਨ ਮੇਰੇ ਹੱਥੋਂ ਚੱਲ ਜੇ। ਆ ਲੈਂਦੇ ਬੁੜੇ ਨੂੰ ਕਰਦੀਆਂ ਦੀ ਸੇਵਾ, ਆਹ ਕੰਮ ਤਾਂ ਬਾਅਦ 'ਚ ਹੋ ਜਾਣਗੇ, ਦੁੱਧ ਬਸ ਪੱਤੀ ਬਣਾ ਕੇ ਦਿੰਦੀ ਹੈ, ਕੰਮ ਧੰਦੇ ਦਾ ਬਾਅਦ 'ਚ ਹੁੰਦੇ ਰਹਿਣਗੇ, ਪਹਿਲਾਂ ਪੈਨਸ਼ਨ ਵੱਲ ਧਿਆਨ ਦੇਵਾਂ। ਕੰਮ ਯਾਰ ਦੇਖਲਾ, ਸਾਰੇ ਪਿੰਡ 'ਚ ਘੁੰਮਿਆ, ਪਤਾ ਨਹੀਂ ਬਾਪੂ ਕਿੱਧਰ ਭੱਗ ਗਿਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ। ਉਹ ਬਾਪੂ, ਉਹ ਤੂੰ ਇੱਥੇ ਬੈਠਾ ਹੋਏ, ਮੈਂ ਤੈਨੂੰ ਸਾਰੇ ਪਿੰਡ 'ਚ ਲੱਭਿਆ ਯਾਰ ਜਾ ਕੇ। ਮੈਂ ਕਿੱਥੇ ਬੈਠਣਾ, ਇੱਥੇ ਬੈਠੂ ਮੈਂ, ਇੱਥੇ ਉਹ ਸੱਪ ਸੂਪਾਂ ਲੜਾਈ, ਉਹ ਕਿਹੜੀਆਂ ਟਾਈਆਂ 'ਚ ਬੈਠਾ ਤੂੰ ਇੱਥੇ? ਓਏ ਸੱਪ ਲੜ ਜਾ ਚੰਗਾ, ਵਧੀਆ ਕੰਮ ਨੇ ਬੜੂ ਮੇਰਾ। ਗੁੱਸੇ 'ਚ ਕਿਉਂ ਹੋਇਆ ਪਿਆ ਯਾਰ? ਜੇ ਜੇ ਤੈਨੂੰ ਕੀ ਹੁਣ ਪਤਾ ਨਹੀਂ, ਸਭ ਕੁਝ ਪਤਾ ਤੈਨੂੰ, ਇੱਥੇ ਨਗਰੇ ਕਰਦਾਂਗਾ। ਉਹ ਟੈਨਸ਼ਨ ਨਾ ਲੈ, ਚੱਲੀਏ ਘਰੇ ਚੱਲੀਏ ਆਪਾਂ। ਯਾਰ ਮੈਂ ਨਹੀਂ ਘਰੇ ਜਾਂਦਾ ਹੁਣ। ਓਏ ਆ ਜਾ ਯਾਰ, ਮੇਰੇ ਕੋਲੇ ਤੂੰ ਆਇਆ ਯਾਰ। ਮੈਂ ਨਹੀਂ ਜਾਣਾ ਯਾਰ ਘਰੇ, ਮੇਰੀ ਜਦੋਂ ਕੋਈ ਇੱਜ਼ਤ ਨਹੀਂ, ਮੈਂ ਤੇਰੇ ਖਾਤਰ ਮੇਰੀ ਗੱਲ ਤੇ ਪੱਤੀ ਬਣਵਾਵਾਂਗੇ ਆਪਾਂ ਜਾ ਕੇ। ਦੁੱਧ 'ਚ ਪੱਤੀ ਨੇ ਤਾਂ ਕੰਮ ਕਰਾਇਆ, ਮੈਂ ਕਿਹਾ ਮੈਨੂੰ ਘੁੱਟ ਚਾਹ ਪਿਆ ਦੇ। ਹਾਂ ਅੱਗੇ ਕਹਿੰਦੀ ਮੈਂ ਤਾਂ ਤੇਰੇ ਦੀ ਰਹਿ ਗਈ, ਮੈਨੂੰ ਗਾਲਾਂ ਕੱਢੀਆਂ ਕੁਛ,
ਯਾਰ ਮੈਨੂੰ ਕੋਈ ਚਾਹ ਦਾ ਕੱਪ ਨੀ ਪਿਆ ਸਕਦਾ, ਘਰੇ ਪਾਣੀ ਦਾ ਗਲਾਸ ਨੀ। ਟੈਨਸ਼ਨ ਨਾ ਲੈ, ਟੈਨਸ਼ਨ ਕਾਹਦੀ, ਸਾਰੇ ਪਿੰਡ ਚ ਮੇਰੀ ਇੱਜ਼ਤ ਰੋਲ ਕੇ ਰੱਖਦੀ। ਕੋਈ ਇੱਜ਼ਤ ਹੈਗੀ ਮੇਰੀ? ਉਹ ਇੱਜ਼ਤ ਬਹੁਤ ਆ ਤੇਰੀ, ਜੈਲਾ ਜੈਲਾ ਹੁੰਦੀ ਆ ਸਾਰੇ ਪਿੰਡ ਚ, ਸਾਰੇ ਪਿੰਡ ਚ ਮੂੰਹ ਦਿਖਾਉਣ ਜੋਗਾ ਨੀ ਰਿਹਾ ਮੈਂ। ਮੂੰਹ ਨੂੰ ਕੀ ਹੋਇਆ, ਇੰਨਾ ਸੋਹਣਾ ਤੂੰ ਯਾਰ, ਸੋਹਣੇ ਦੀ ਗੱਲ ਨੀ ਨਾ, ਇੱਜ਼ਤ ਦੀ ਗੱਲ ਆ ਨਾ। ਆ ਜਾ ਆ ਜਾ, ਉੱਧ ਜੇ ਪੱਤੀ ਪਿਆਵਾਂਗੇ ਤੈਨੂੰ ਯਾਰ। ਕੀ ਸੋਚਦਾ ਸੀ, ਕੀ ਹੋ ਗਿਆ ਮੈਨੂੰ? ਓਏ ਕੀ ਹੋ ਗਿਆ ਉਹ ਐਡਾ, ਕੀ ਕੋਈ ਯਾਰ, ਕੀ ਹੋ ਗਿਆ ਇੱਥੇ ਐਡਾ? ਇੰਨੀ ਜ਼ਮੀਨ ਮੇਰੇ ਨਾਮ, 36 ਕਿੱਲੇ ਜ਼ਮੀਨ ਉਹ ਲਿਆ ਨੀ, ਉਧਰ ਜੇ ਪੱਤੀ ਲਿਆ ਬਾਪੂ ਨੂੰ, 36 ਕਿੱਲੇ ਨਾਮ ਦਾ ਹੀ ਰਹਿ ਗਿਆ। ਫਿਰ ਤੇਰੇ ਨਾਂ ਹੀ ਨੇ, ਆਪਾਂ ਕਿਹੜਾ ਤੈਨੂੰ ਕਿਹਾ ਵੀ ਰਹਿ ਗਿਆ ਮੈਨੂੰ, ਜਿਹੜੇ ਮੈਨ ਗੱਲ। ਆ ਜਾ ਆ ਜਾ ਬਾਪੂ, ਪੱਖੇ ਹੇਠਾਂ ਬੈਠਾ ਇੱਥੇ, ਆ ਜਾ। ਆ ਗਈ ਪੁੱਤ ਲਾਇਆ ਨੂੰ ਹੁਣ, ਉਹਦੇ ਚੱਕੀ ਫਿਰਦੀ ਤੇਰੇ ਖਾਤਰ ਦੁੱਧ ਜੇ ਪੱਤੀ, ਮੈਂ ਸਮਝਾਤਾ ਇਹਨੂੰ। ਲੈ ਬਾਪੂ ਕੱਤਾ ਨਾ ਹੋ ਬੜਾ, ਨਾ ਨਾ ਖੜ ਜਾ, ਹੁਣ ਦੇਖ ਹੁਣ ਭੱਜ ਕੇ ਲੈ ਕੇ ਆਈ ਆ ਚਾਹ ਚ ਦੁੱਧ ਲੈ ਕੇ ਆਈ ਆ ਪੱਤੀ, ਠੀਕ ਆ? ਇਹੀ ਜੇ ਪਹਿਲਾਂ ਗਲਾਸ ਦੇ ਦਿੰਦੇ, ਕਾਹਨੂੰ ਕਲੇਸ਼ ਹੁੰਦਾ, ਕਾਹਨੂੰ ਮਾਰੇ ਪੈਂਦਾ, ਕਾਹਨੂੰ ਲੋਕ ਟਿੱਚਰਾਂ ਕਰਦੇ। ਉਹ ਇਹਨੂੰ ਸਮਝਾਇਆ ਯਾਰ ਮੈਂ, ਮੇਰੀ ਗੱਲ ਸੁਣ, ਮੈਂ ਹੋਰ ਕੰਮ ਕਰ ਕਰਦੇ ਨਾ, ਤਾਂ ਤੈਨੂੰ ਮੈਂ ਕਿਹਾ ਸੀ। ਉਹ ਭਾਈ ਤੇਰੀਆਂ ਗੱਲਾਂ ਮੈਂ ਸੁਣ ਚੁੱਕਿਆ ਸਾਰੀਆਂ, ਤੇਰੀਆਂ ਗੱਲਾਂ ਸੁਣ ਲੀਆਂ ਸਾਰੀਆਂ, ਠੀਕ ਆ? ਬੜਾ ਬੁਰਾ ਮਨਾਉਂਦਾ। ਮੈਂ ਕਿਹਾ ਚਾਹ ਦਾ ਗਲਾਸ ਦੇ ਦੇ, ਆਖੇ ਸੁੰਬਰ ਦੀ, ਕਹਿੰਦੀ ਮੈਂ ਤਾਂ ਸੁੰਬਰ ਨਾ ਹਜੇ ਕੰਮ ਕਰਦਾ, ਤੈਨੂੰ ਚਾਹਾਂ ਕਿੱਥੋਂ ਦੇ ਦਾਂ। ਚੱਲ ਕੋਈ ਨੀ, ਇਹਨਾਂ ਭਾਈ ਆ ਗਿਆ ਫੇਰ ਕਲੇਸ਼ ਕੀਤਾ ਇਹਨੇ। ਕੋਈ ਨੀ, ਮੇਰੀ ਮੱਥ ਨਹੀਂ ਵੀ ਕਰਦੇ ਇਹਨੇ। ਨਹੀਂ ਨਹੀਂ ਕੋਈ ਨੀ, ਕੋਈ ਨੀ, ਅੱਜ ਕੱਲ ਹੁੰਦਾ ਲੈ ਤੂੰ ਆ ਪੀ ਯਾਰ, ਮੇਰੇ ਕੋਲ ਕਿਵੇਂ, ਮੈਨੂੰ ਗਲਾਸ ਫੜਾਉਣੇ ਹੋਗੇ, ਹੁਣ ਵੀ ਨਾ ਲਿਆਉਂਦੇ। ਕੰਮ ਕਰਾਂ ਨਾਲੇ ਹੋਰ ਕਰਾਂ, ਕੋਈ ਨਾ ਤਾਂ ਗਲਾਸ ਨੀ ਬਣਾ ਸਕਦੀ। ਕਬਰ ਨੂੰ, ਕਬਰ ਨੂੰ, ਤੂੰ ਟਿਕ ਜਾ, ਟਿਕ ਜਾ, ਤੂੰ ਕਬਰ ਨੂੰ ਜਾਣਦਾ ਮੈਂ ਤੈਨੂੰ, ਚੱਕ ਮਟਰ ਪਨੀਰ ਵੀ ਬਣਾਤਾ ਤੈਨੂੰ, ਹੋਰ ਕੀ ਚਾਹੀਦਾ? ਮੈਂ ਕੋਈ ਮਟਰ ਪਨੀਰ ਨੀ ਖਾਣਾ, ਨਾ ਮੈਂ ਚਾਹ ਪੀਣੀ, ਹੋਰ ਆ ਪੀ ਲੈਣਾ ਜਿਹੜੀ ਦਿੱਤੀ ਆ, ਨਾ ਤੁਹਾਡਾ ਪਾਣੀ ਪੀਵਾਂ। ਆ ਦੇਖ ਲੋ ਜੀ, ਹੁਣ ਮੈਂ ਸੇਵਾ ਕਰਦੀ ਆ ਤੇ ਹੁਣ ਬਾਪੂ ਤੇ ਬਾਪੂ ਤੈਨੂੰ ਦੇਖ ਲਾ ਕਿਵੇਂ ਬੋਲਦੀ ਆ। ਉਹ ਤੈਨੂੰ ਮੈਂ ਬਾਪੂ ਕੀ ਕਹਿ ਕੇ ਲਿਆਦੀ ਬਾਹਰੋਂ ਯਾਰ, ਕੀ ਕਹਿ ਕੇ ਲਿਆ ਜੀ? ਗੱਲ ਮੰਨਦਾ ਨਹੀਂ ਤੂੰ, ਆਪੋ ਕੁੱਤੇ ਗਾਣੀ ਗਰਾਉਂ ਲਿਆ ਜੀ ਮੈਨੂੰ। ਉਹ ਨਹੀਂ ਯਾਰ, ਤੂੰ ਗੱਲ ਨਹੀਂ ਮੰਨਦਾ ਮੇਰੀ, ਗੱਲ ਨਹੀਂ ਮੰਨਦਾ। ਤੂੰ ਤਾਂ ਭੱਜ ਭੱਜ ਪੈਣੀ ਆ ਗਈ ਭਾਈ, ਭੱਜ ਭੱਜ ਨਾ ਪਮਾ, ਹੋਰ ਦੱਸ ਕੀ ਕਰਾਂ, ਹੋਰ ਦੱਸ ਕੀ ਕਰਾਂ, ਤੁਸੀਂ ਕੰਮ ਲੈ ਬੈਠੋ। ਹੁਣ ਕਾਹਨੂੰ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ, ਲੈ ਲੈ, ਪਹਿਲਾਂ ਕੁਛ ਹੋਰ ਗੱਲਾਂ ਸੀ, ਹੁਣ ਕੁਛ ਹੋਰ ਗੱਲਾਂ ਨੇ। ਹੁਣ ਕੀ ਹੋ ਗਈਆਂ ਫਿਰ? ਉਹ ਦੇ ਦੇ ਉਹਨੂੰ ਸਿੱਖਿਆ, ਮਾੜਾ ਮੋਟਾ ਸਮਝਾਲਾ ਉਹਨੂੰ। ਸਿੱਖਿਆ ਤੇ ਦਿੱਤੀ ਆ ਬਾਪੂ ਯਾਰ, ਇੱਥੇ ਮੈਨੂੰ ਸਮਝਾਉਂਦਾ ਨਾ ਜਿਹੜਾ, ਉਹੀ ਉਹਨੂੰ ਸਮਝਾਲਾ। ਗਰਮ ਵਾਲਾ ਹੋਈ ਜਾਂਦਾ ਯਾਰ ਬਾਪੂ, ਗਰਮ ਹੋਈ ਜਾਂਦਾ। ਮੈਂ ਤੇਰੇ ਨਾਲ ਗੱਲ ਕਰਨੀ ਸੀ ਯਾਰ। ਹਾਂ ਚੱਕ, ਮੈਂ ਨਹੀਂ ਪੀਣੀ ਤੇਰੀ ਚਾਹ ਤੂੰ। ਉਹ ਯਾਰ ਪੀ ਲੈ ਯਾਰ, ਐਂ ਲੈ ਕੁੱਤੇ ਨੂੰ, ਮੈਂ ਨਹੀਂ ਪੀਣੀ। ਮੈਂ ਤੇਰੇ ਨਾਲ ਯਾਰ ਗੱਲ ਵੀ ਕਰਨੀ ਸੀ ਇੱਕ। ਕਿਹੜੀ ਗੱਲ ਕਰਨੀ ਆ? ਬਾਪੂ ਯਾਰ ਆਈਫੋਨ 16 ਨਵਾਂ ਆਇਆ ਗਾ, ਉਹ ਲੈ ਕੇ ਦੇ ਯਾਰ ਮੈਨੂੰ। ਅੱਛਾ, ਸਾਰੇ ਮੁੰਡੇ ਲਈ ਫਿਰਦੇ ਨੇ ਯਾਰ। ਆਈਫੋਨ 16 ਲੈਣਾ ਤੈ? ਹਾਂ ਠੀਕ ਆ, ਕਿੰਨੇ ਦਾ ਬਾਪੂ? ਉਹ ਬਸ 1.5-2 ਲੱਖ ਦਾ।
ਪਾਣੇ ਕੇ 2 ਲੱਖ ਦਾ? ਹਾਂ। ਅੱਛਾ ਕਦੋਂ ਲੈ ਕੇ ਦਵਾਂ? ਬਾਪੂ ਮੇਰੇ ਕਣੀ ਤਾਂ ਚਾਹੇ ਹੁਣ ਬਾਅਦ ਚੱਲ। ਅੱਛਾ ਅੱਛਾ ਕੋਈ ਗੱਲ ਨਹੀਂ, ਲੈ ਦਿੰਦੇ ਆ। ਕੋਈ ਜਾਣਾ ਕਿ ਵਾਧੋ ਜਾਣਾ? ਮਰੀਲ ਕੋਟਲੇ ਚੱਲਦੇ ਆ ਬਾਪੂ, ਉੱਥੇ ਲੈ ਕੇ ਦੇ ਨਾ। ਮੇਰਾ ਸਾਲਾ ਮੈਨੂੰ ਫੜਾ ਕੇ ਗਿਆ ਸੀ ਤੂੰ, ਸਾਲਾ ਮੋਬਾਈਲ ਦਾ ਹੋਇਆ ਸਾਲਾ। 2 ਲੱਖ ਦੀਆਂ 2 ਮੱਝਾਂ ਆ ਜਾਣਗੀਆਂ, ਉਹਨਾਂ ਦਾ ਦੁੱਧ ਪਾਲੀ ਡੈਰੀ ਦੇ ਵਿੱਚ, 4 ਪੈਸੇ ਬਣ ਗਏ। ਖੇਤੀਬਾੜੀ ਦਾ ਪੈਸਾ ਲਾ ਲਾ। ਅਸੀਂ ਕਿਉਂ ਕਰਦਾ ਯਾਰ, ਸਾਰਿਆਂ ਮੁੰਡਿਆਂ ਲੈ ਪਿਆ ਯਾਰ। ਓਏ ਖੇਤੀਬਾੜੀ ਦਾ ਪੈਸਾ ਲਾ ਲਾ। ਓ ਯਾਰ ਸਾਰਿਆਂ ਮੁੰਡਿਆਂ ਲੈ ਪਿਆ ਯਾਰ, ਐਂ ਕਿਉਂ ਕਰਦਾ? ਮੁੰਡਿਆਂ ਲੈ ਪਿਆ ਨੇ, ਮੁੰਡਿਆਂ ਕੋਲ ਤਾਂ ਬਹੁਤ ਕੁਛ ਆ। ਤੂੰ ਰੀਸ ਕਰਨੀ ਆ ਕਿਸੇ ਦੀ? ਸਾਲਾ ਆਈ ਬੋਲਦਾ ਹੋਇਆ ਲੱਗਦੇ ਯਾਰ। ਚੱਲ ਤੇਰੀ ਮਰਜ਼ੀ ਹੈ ਯਾਰ। ਸਾਲਾ ਆਈਫੋਨ ਦਾ ਹੋਇਆ, ਲੈ ਕੇ ਦੇਵੋ ਇਹਨੂੰ ਆਈਫੋਨ, ਵੱਡਾ ਸਾਲਾ ਆਈਫੋਨ ਵਾਲਾ। ਮੇਰੇ ਸਾਲੇ ਦੇ ਜਿਵੇਂ ਇੱਥੇ ਮੈਨੂੰ ਨੋਟ ਫੜਾ ਕੇ ਜਾਂਦੇ ਹੁੰਦੇ ਆ ਗੇ, ਤੁਹਾਨੂੰ ਪਤਾ ਮੈਂ ਕਿਵੇਂ ਖੁਰਫਾ ਚਲਾ ਚਲਾ ਪੈਸੇ ਬਣਾਏ ਨੇ? ਤਾਂ ਪਾਜਾ ਮੈਂ ਨਹੀਂ ਲੈ ਕੇ ਦਿੰਦਾ। ਸਾਲਾ ਆਈਫੋਨਾਂ ਦਾ ਹੋਇਆ, ਅੱਗੇ ਲੈ ਦਿਓ ਇਹਨਾਂ ਨੂੰ ਆਈਫੋਨ। ਆਈਫੋਨਾਂ ਨੇ ਮਾਰ ਲਿਆ ਛੋਟਿਆਂ ਨੇ? ਕੋਈ ਨੀ, 4 ਦਿਨ ਰਹਿ ਗਏ ਪੈਨਸ਼ਨ ਦੇ, ਹੁਣ ਫਿਰ ਦੇਖੀ ਕਿਵੇਂ ਅੱਗੇ ਪਿੱਛੇ ਫਿਰਨਗੇ। ਉਦੋਂ ਬਾਅਦ ਕੋਈ ਨੀ ਪਾਉਂਦਾ, ਅੱਗੇ ਮੋਬਾਈਲ ਲੈ ਕੇ ਦੇ ਦੇ। ਜੇ ਤੇਰੇ ਘਰ ਵਾਲੀ ਕਹੂ ਮੈਂ ਤਾਂ ਜਮਾ ਨੀ ਲੈ ਕੇ ਦਿੰਦਾ, ਤੂੰ ਕਹਿ ਦਿੰਦਾ ਫਿਰ ਮੈਂ ਲੈ ਵੀ ਦਿੰਦਾ। ਬੜਾ ਦੁਖੀ ਕੀਤਾ ਉਹਨੇ ਮੈਨੂੰ, ਸਾਲੇ ਆਈਫੋਨਾਂ ਦੇ ਹੋਏ ਨੇ, ਮਾਰ ਲਿਆ ਮੈਨੂੰ ਇਹਨਾਂ ਨੇ। ਹਾਂਜੀ ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਸਾਰੇ? ਹਾਂਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਲਾਈਕ ਕਮੈਂਟ ਕਰਨਾ ਨਾ ਭੁੱਲਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਜੇਕਰ ਤੁਸੀਂ ਚਾਹੁੰਦੇ ਹੋ ਸੈਕਿੰਡ ਪਾਰਟ ਆਵੇ ਤਾਂ ਕਮੈਂਟ ਜ਼ਰੂਰ ਕਰਿਓ। ਦੱਬ ਕੇ ਸਪੋਰਟ ਕਰਿਓ ਬਾਬੇ, ਬਹੁਤ ਟਾਈਮ ਬਾਅਦ ਆਪਾਂ ਦੁਬਾਰੇ ਕੰਮ ਸਟਾਰਟ ਕਰਿਆ, ਅਤੇ ਪੂਰੀ ਸ਼ੇਅਰ ਦੇ ਉੱਤੇ ਜ਼ੋਰ ਲਾਵੇ ਭਾਈ ਬਣ ਕੇ, ਆਪਾਂ ਫਿਰ ਜਲਦੀ ਤੋਂ ਜਲਦੀ 2 ਹਫ਼ਤੇ ਦੇ ਵਿੱਚ 2 ਵੀਡੀਓ ਲੈ ਕੇ ਆਇਆ ਕਰਾਂ। ਹਾਂਜੀ ਥੈਂਕ ਯੂ ਸੋ ਮੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹੁਸੈਨਪੁਰੇ ਵਾਲਾ। ਸੋ ਕਿਵੇਂ ਲੱਗਿਆ ਆਪਣਾ ਬਾਪੂ ਵਾਲਾ ਕਿਰਦਾਰ? ਲਾਈਕ ਕਮੈਂਟ ਅਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ, ਅਤੇ ਅਗਲਾ ਪਾਰਟ ਵੀ ਆਪਾਂ ਜਲਦੀ ਲੈ ਕੇ ਆਵਾਂਗੇ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਕਮੈਂਟ ਕਰ ਦਿਓ। ਧੰਨਵਾਦ।